ਤੁਸੀਂ ਦੇਖ ਰਹੇ ਹੋ ਜੀ ਅਜੀਤ ਵੈਬ ਟੀਵੀ ਤੇ ਮੈਂ ਤੁਹਾਡਾ ਹੋਸਟ ਜਸਜੀਤ ਸਿੰਘ ਧਾਮੀ ਅੱਜ ਕੈਲਗਰੀ ਤੋਂ ਇੱਕ ਵਿਸ਼ੇਸ਼ ਰਿਪੋਰਟ ਨਾਲ ਹਾਜ਼ਰ ਹੋ ਰਿਹਾ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਪਿਛਲੇ ਦਿਨੀ ਅੰਤਰਰਾਸ਼ਟਰੀ ਵੂਮਨ ਜਿਹੜਾ ਡੇ ਆ ਮਨਾਇਆ ਗਿਆ ਆ ਅੱਜ ਅਲਬਰਟਾ ਸਰਕਾਰ ਵੱਲੋਂ ਟਰਾਂਸਪੋਰਟ ਮੰਤਰੀ ਜਿਹੜੇ ਰਾਜਨ ਸਾਨੀ ਆ ਉਹਨਾਂ ਵੱਲੋਂ ਵੀ ਇਹ ਪ੍ਰੋਗਰਾਮ ਰੱਖਿਆ ਗਿਆ ਅਸੀਂ ਉਹਦੀ ਕਵਰੇਜ ਵਾਸਤੇ ਪਹੁੰਚੇ ਹਾਂ ਅੱਜ ਵੱਖ ਵੱਖ ਸ਼ਖਸੀਅਤਾਂ ਨੂੰ ਜਿਹੜੀਆਂ ਵੂਮੈਨਸ ਆ ਲੇਡੀਜ਼ ਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਣਾ ਜਿਹੜੀਆਂ ਕਿ ਆਪਣਾ ਬਿਜ਼ਨਸ ਚਲਾ ਰਹੀਆਂ ਨੇ ਅਤੇ ਸਕਸੈਸਫੁੱਲ ਨੇ ਵਧੀਆ ਤਰੀਕੇ ਨਾਲ ਉਹ ਬਿਜ਼ਨਸ ਨੂੰ ਚਲਾ ਰਹੀਆਂ ਨੇ ਉਹਨਾਂ ਨੂੰ ਅੱਜ ਸਰਕਾਰ ਵੱਲੋਂ ਅਤੇ ਮਿਨਿਸਟਰ ਹੋਣਾ ਵੱਲੋਂ ਸਨਮਾਨਿਤ ਵੀ ਕੀਤਾ ਜਾਣਾ ਉਹਨਾਂ ਨਾਲ ਵੀ ਅੱਜ ਗੱਲਬਾਤ ਕਰਾਂਗੇ ਅਤੇ ਤੁਸੀਂ ਆਓ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਹੁਣ ਮੇਨ ਹਾਲ ਦੇ ਵਿੱਚ ਹਾਂਜੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆਨਰੇਬਲ ਮਿਨਿਸਟਰ ਰਾਜਨ ਸਾਨੀ ਵੱਲੋਂ ਸਿਰਜਿਆ ਗਿਆ ਵੂਮੈਨਸ ਇੰਟਰਨੈਸ਼ਨਲ ਡੇ 2022 ਜਿਹੜਾ ਥੀਮ ਸੀਗਾ ਹੈਸ਼ਟੈਗ ਬ੍ਰੇਕ ਦ ਬਾਇਸ ਅਤੇ ਜੈਂਡਰ ਇਕੁਐਲਿਟੀ ਦੇ ਉੱਪਰ ਨਿਰਭਰ ਹੈਗਾ ਆਪਾਂ ਸਾਰੇ ਅਪੀਲ ਕਰਦੇ ਹਾਂ ਆਪਣੀ ਸੋਸਾਇਟੀ ਨੂੰ ਲੈਟਸ ਲੀਡ ਬਾਈ ਦੀ ਐਗਜ਼ਾਮਪਲ ਲੈਟਸ ਬ੍ਰੇਕ ਦ ਬਾਇਸ ਐਂਡ ਵੀ ਕੈਨ ਐਕਸੈਪਟ ਦੀ ਜੈਂਡਰ ਇਕੁਐਲਿਟੀ ਇਟ ਸਟਾਰਟਸ ਫਰੋਮ ਯੋਰ ਹੋਮ ਲੈਟਸ ਸਟਾਰਟ ਇਟ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੇਰਾ ਨਾਮ ਹੈ ਲਵਪ੍ਰੀਤ ਕੌਰ ਸਿੱਧੂ ਅਤੇ ਮੈਂ ਐਜ਼ ਏ ਇੰਸ਼ੋਰੈਂਸ ਬ੍ਰੋਕਰ ਕੰਮ ਕਰਦੀ ਹਾਂ ਪਿਛਲੇ 15 ਸਾਲਾਂ ਤੋਂ ਅਸੀਂ ਇਸ ਬਿਜ਼ਨਸ ਦੇ ਵਿੱਚ ਹੈਗੇ ਹਾਂ ਅਤੇ ਪਹਿਲਾਂ ਤਾਂ ਸਾਰੀਆਂ ਵਿਮੈਨ ਨੂੰ ਹੈਪੀ ਵਿਮੈਨਸ ਡੇ ਬਿਲੇਟਡ ਹੈਪੀ ਵਿਮੈਨਸ ਡੇ ਸੋ ਮੇਰਾ ਓਨਰੇਬਲ ਮਿਨਿਸਟਰ ਰਾਜਨ ਸਾਨੀ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਦੇ ਦਿਨ ਸਾਡੇ ਲਈ ਇਹ ਔਰਗਨਾਈਜ਼ ਕੀਤਾ ਇਹ ਫੰਕਸ਼ਨ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੇਗੀ ਇਸ ਨਾਲ ਦੂਸਰੀਆਂ ਵੂਮੈਨਸ ਨੂੰ ਵੀ ਜਿਹੜੇ ਨਿਊ ਇਮੀਗ੍ਰੈਂਟਸ ਵੀ ਇੱਥੇ ਆਏ ਹੋਏ ਆ ਉਹਨਾਂ ਨੂੰ ਹੈਗਾ ਹੈ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕੁਝ ਕਰਨਾ ਹੈ ਤਾਂ ਉਹਨਾਂ ਲਈ ਇੱਕ ਬਹੁਤ ਹੀ ਵਧੀਆ ਚਾਂਸ ਆ ਕਹਿੰਦੇ ਹੁੰਦੇ ਆ ਕਿ ਜੇਕਰ ਇੱਕ ਆਦਮੀ ਘਰ ਦੇ ਵਿੱਚ ਪੜ੍ਹਦਾ ਤਾਂ ਉਹ ਇਕੱਲਾ ਪੜ੍ਹਦਾ ਹੈ ਪਰ ਜੇ ਇੱਕ ਔਰਤ ਪੜ੍ਹਦੀ ਆ ਤਾਂ ਸਾਰਾ ਪਰਿਵਾਰ ਪੜ੍ਹ ਲੈਂਦਾ ਸੋ ਮੈਨੂੰ ਵੀ ਇਹ ਲੱਗ ਰਿਹਾ ਹੈਗਾ ਕਿ ਵਾਕਈ ਇਹ ਬਿਲਕੁਲ ਸਹੀ ਗੱਲ ਹੈਗੀ ਆ ਅਤੇ ਸਾਰੇ ਲੋਕ ਜਿੰਨੀਆਂ ਵੀ ਵਿਮੈਨ ਇੱਥੇ ਆਈਆਂ ਹੋਈਆਂ ਹੈ ਜਿੰਨੀਆਂ ਵੀ ਨੋਮੀਨੇਟ ਹੋਈਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸਾਨੂੰ ਇੱਦਾਂ ਦੇ ਹੋਰ ਵੀ ਬਹੁਤ ਸਾਰੇ ਉਪਰਾਲੇ ਕਰਨੇ ਚਾਹੀਦੇ ਹੈਗੇ ਆ ਹੋਰ ਵੀ ਸਾਨੂੰ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ ਕਿ ਜਿਸ ਤਰ੍ਹਾਂ ਜਦੋਂ ਮੈਂ ਇੰਸ਼ੋਰੈਂਸ ਦਾ ਕੰਮ ਸਟਾਰਟ ਕੀਤਾ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਫਾਈਨੈਂਸ਼ੀਅਲ ਬਿਜ਼ਨਸ ਦੇ ਵਿੱਚ ਔਰਤਾਂ ਬਹੁਤ ਘੱਟ ਨੇ ਤਾਂ ਮੇਰੇ ਹਸਬੈਂਡ ਹਰਪਿੰਦਰ ਸਿੱਧੂ ਇਹਨਾਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਦੱਸਿਆ ਕਿ ਨਹੀਂ ਤੈਨੂੰ ਅੱਗੇ ਆਉਣਾ ਚਾਹੀਦਾ ਇਸ 'ਚ ਤਾਂ ਫਿਰ ਪਹਿਲਾਂ ਮੈਂ ਇਹਨਾਂ ਨਾਲ ਐਜ਼ ਏ ਅਸਿਸਟੈਂਟ ਸਟਾਰਟ ਕੀਤਾ ਸੀ ਦੈਨ 2015 'ਚ ਮੈਂ ਵੀ ਲਾਇਸੈਂਸ ਲਿਆ ਅਤੇ ਕੰਮ ਕਰਨਾ ਸਟਾਰਟ ਕੀਤਾ ਸੋ ਅੱਜ ਜੇ ਮੈਂ ਸਕਸੈਸਫੁਲ ਬਿਜ਼ਨਸ ਵੂਮੈਨ ਹਾਂ ਸੋ ਇਹਨਾਂ ਨੇ ਬਹੁਤ ਜ਼ਿਆਦਾ ਮੋਟੀਵੇਟ ਮੈਨੂੰ ਕੀਤਾ ਇਹੀ ਲੋੜ ਸਾਨੂੰ ਹੈਗੀ ਆ ਕਿ ਸਾਡੇ ਮੈਂਜ਼ ਨੂੰ ਵੀ ਚਾਹੀਦਾ ਹੈਗਾ ਕਿ ਵੂਮੈਨ ਨੂੰ ਹੋਰ ਇਨਕਰੇਜ ਕਰਨ ਸਾਡੀ ਫੈਮਲੀਜ਼ ਨੂੰ ਚਾਹੀਦਾ ਸਾਨੂੰ ਸਪੋਰਟ ਕਰਨ ਇੱਦਾਂ ਦੇ ਫੰਕਸ਼ਨ ਹੋਰ ਹੁੰਦੇ ਰਹਿਣਗੇ ਆਪਣੇ ਸ਼ਹਿਰ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਤਾਂ ਅਸੀਂ ਹੋਰ ਜ਼ਿਆਦਾ ਉੱਪਰ ਜਾਵਾਂਗੇ ਸਾਨੂੰ ਇਨਕਰੇਜਮੈਂਟ ਮਿਲੇਗੀ ਸੋ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਮੈਂ ਥੈਂਕ ਯੂ ਰਵਿੰਦਰ ਥੈਂਕ ਯੂ ਮੇਰੇ ਵੱਲੋਂ ਸਾਰੀਆਂ ਹੀ ਵਿਮੈਨ ਨੂੰ ਇੰਟਰਨੈਸ਼ਨਲ ਵਿਮੈਨ ਡੇ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਕੋਸ਼ਿਸ਼ ਕਰਦਾ ਕਿ ਇਹ ਇਵੈਂਟ ਆਪਣੀਆਂ ਹੋਰ ਭੈਣਾਂ ਨੂੰ ਮੋਟੀਵੇਟ ਕਰੇਗਾ ਅਤੇ ਉਹ ਆਪਣੇ ਕਮਿਊਨਿਟੀ ਦੇ ਕੰਮਾਂ ਲਈ ਚਾਹੇ ਉਹ ਸਿੱਖਿਆ ਦੇ ਖੇਤਰ 'ਚ ਚਾਹੇ ਉਹ ਬਿਜ਼ਨਸ ਦੇ ਖੇਤਰ 'ਚ ਇੱਦਾਂ ਹੀ ਆਪਣੇ ਕੰਮਾਂ ਦੇ ਵਿੱਚ ਆਪਣੇ ਕਹਿ ਲਈਏ ਵੀ ਆਪਣੇ ਹਸਬੈਂਡ ਆਪਣੇ ਭਰਾਵਾਂ ਜਾਂ ਆਪਣੇ ਪਿਤਾ ਦੇ ਨਾਲ ਆਏ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੀਆਂ ਅਤੇ ਆਪਣੀ ਕਮਿਊਨਿਟੀ ਸਾਰੀ ਤਰੱਕੀ ਕਰੇਗੀ ਥੈਂਕ ਯੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਇੰਟਰਨੈਸ਼ਨਲ ਵੂਮੈਨਸ ਡੇ ਦੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਮੈਂ ਬਹੁਤ ਖੁਸ਼ ਹੋਈ ਵੀ ਮਿਨਿਸਟਰ ਰਾਜਨ ਸਾਨੀ ਨੇ ਮੈਨੂੰ ਬੁਲਾਇਆ ਇਹ ਜੇ ਮੌਕੇ 'ਤੇ ਬਹੁਤ ਖੁਸ਼ੀ ਹੋਈ ਸਾਰੇ ਕਮਿਊਨਿਟੀ ਵਾਲਿਆਂ ਨੂੰ ਦੇਖ ਕੇ ਅਤੇ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਵੀ ਇਹ ਜਿੱਤ ਆਪਣੀ ਜਿੱਤ ਹੈ ਮੈਂ ਇੱਥੇ ਇਸ ਸੀਟ ਵਿੱਚ ਨਹੀਂ ਹੋ ਸਕਦੀ ਜੇ ਤੁਸੀਂ ਮੈਨੂੰ ਸਾਰਿਆਂ ਨੇ ਸਪੋਰਟ ਨਾ ਕੀਤਾ ਹੁੰਦਾ ਅਤੇ ਤੁਹਾਡੀ ਸਪੋਰਟ ਨਾਲ ਮੈਂ ਆਪਣੇ ਸਾਰਿਆਂ ਦੇ ਇਸ਼ੂਜ਼ ਰੇਜ਼ ਕਰਿਆ ਕਰੂੰਗੀ ਮੈਂ ਦੱਬ ਕੇ ਕੰਮ ਕਰੂੰਗੀ ਤੁਹਾਡੇ ਵਾਸਤੇ ਤੁਹਾਡੀਆਂ ਸੀਸਾਂ ਨਾਲ ਤੁਹਾਡੀਆਂ ਵੋਟਾਂ ਨਾਲ ਮੈਂ ਇੱਥੇ ਪਹੁੰਚੀ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਅਸਲਾਮ ਅਲੈਕਮ ਐਂਡ ਗੁੱਡ ਆਫਟਰਨੂਨ ਅੱਜ ਅਸੀਂ ਇੱਥੇ ਲਿਵਿੰਗਸਟਨ ਹੱਬ ਵਿੱਚ ਹੈਗੇ ਹਾਂ ਅੱਜ ਅਸੀਂ ਇੰਟਰਨੈਸ਼ਨਲ ਵੂਮੈਨਸ ਡੇ ਦੀ ਸੈਲੀਬ੍ਰੇਸ਼ਨ ਕਰ ਰਹੇ ਹੈਗੇ ਹਾਂ ਇਸ ਸਾਲ ਦੀ ਥੀਮ ਹੈਗੀ ਆ ਬ੍ਰੇਕ ਦ ਬਾਇਸ
इस करके बहुत ही जरूरी सी कि दैट टुडे वी वर गोइंग टू सेलिब्रेट द सक्सेसेस एंड अकॉम्प्लिशमेंट्स ऑफ वुमेन इन नॉर्थ ईस्ट कैलगरी. आज मन बहुत खुश हैगा क्योंकि आज इतने बहुत सारे गेस्ट साढ़े आए हुए हैं. एवरीबडी इज हैप्पी. सारे चाहते थे कि जो साड़ी कम्यूनिटीज विच लेडीज हैगी कि असी उन्होंने सेलिब्रेशन करनी है तो उन्होंने एक्नोलेजमेंट करनी है. थैंक यू जी एंड वी विल शेयर मोर इंफॉर्मेशन ऑन माई सोशल मीडिया. थैंक यू ऑल एंड हैव अ वंडरफुल डे एंड हैप्पी इंटरनेशनल वुमेन्स डे टू एवरीवन. सत श्री अकाल जी. मैं रविंद्र कौर दुग्गल. आप सब नो अज दे इस प्रोग्राम जो मिनिस्टर राजन सानी ने वो लिखा है वुमेन्स इंटरनेशनल वुमेन्स डे जिथे कि सारिया ही औरतों को सम्मानित किया गया है. आप यही कह सकते कि एक दिन ही औरतों वास्ते है. सारा कुछ जनन वाली हाँ सारा सृष्टि नू चलान वाला जरा रचेता है वाहिगुरु उसने औरत इसे करके बनाई है ताकि सारी सृष्टि चंगे तरीके दे नाल चल सके ते औरतों नू सम्मान दिता जा सके. आज वही इवेंट इत्थे बड़े सोहने तरीके दे नाल मिनिस्टर राजन सानी ने वो लिखा है ते मैं उन्हां दा बहुत बहुत धन्यवाद करती हाँ जिन्हां दे विच उन्होंने मैनू भी नाल नोमीनेट किया है एज अ मैक्स प्रोटैक्स दी ओनर जिहड़ियां कि साडियां 6 लोकेशनस अल्बर्टा दे विच चल रही ने सक्सैसफुली ते 80-85% साडे नाल जिहड़ियां वूमेंस काम कर रही ਸਾਡੇ ਆਫਿਸਿਸ ਦੇ ਵਿੱਚ ਅਤੇ ਜਿਨ੍ਹਾਂ ਦੇ ਨਾਲ ਅਸੀਂ ਕਮਿਊਨਿਟੀ ਦੀ ਹੈਲਪ ਕਰ ਰਹੇ ਹਾਂ. ਵੀ ਆਰ ਨੋਟ ਹੇਅਰ ਟੂ ਮੇਕ ਮਨੀ. ਅਸੀਂ ਇੱਥੇ ਨਾਲ ਨਾਲ ਕਮਿਊਨਿਟੀ ਦੀ ਹੈਲਪ ਕਰ ਰਹੇ ਹਾਂ ਵੀ ਕਿਵੇਂ ਤੁਸੀਂ ਫਾਈਨੈਂਸ਼ਲੀ ਅੱਗੇ ਆ ਸਕਦੇ ਹੋ. ਉਸੇ ਤਰ੍ਹਾਂ ਇੱਕ ਛੋਟੀ ਜਿਹੀ ਬੱਚੀ 16-17 ਸਾਲਾਂ ਦੀ ਹੈਗੀ ਹੈ ਨਵੀਂ ਧਾਲੀਵਾਲ ਜਿਹੜੀ ਕਿ ਹਾਕੀ ਦੀ ਪਲੇਅਰ ਹੈ. ਉਸਨੇ ਵੀ ਕਾਫੀ ਲੋਕਾਂ ਨੂੰ ਮੋਟੀਵੇਟ ਕੀਤਾ. ਅੱਜ ਉਹਨੂੰ ਵੀ ਇੱਥੇ ਸਨਮਾਨ ਕੀਤਾ ਗਿਆ. ਉਹਨੂੰ ਦੇਖਦੇ ਹੋਏ ਬਾਕੀ ਦੇ ਬੱਚੇ ਵੀ ਸਾਡੇ ਅੱਗੇ ਆਉਣਗੇ ਕਿਉਂਕਿ ਉਹਨਾਂ ਨੂੰ ਪਤਾ ਜੇ ਅਸੀਂ ਕਮਿਊਨਿਟੀ ਵਾਸਤੇ ਕਰਾਂਗੇ ਕੁਛ ਤਾਂ ਕਮਿਊਨਿਟੀ ਸਾਨੂੰ ਵਾਪਸ ਦਿੰਦੀ ਹੈ. ਬਹੁਤ ਬਹੁਤ ਧੰਨਵਾਦ. ਮੈਂ ਇੱਥੇ ਹੀ ਸਾਰੀਆਂ ਮਾਵਾਂ ਭੈਣਾਂ ਅਤੇ ਸੱਸਾਂ ਜੇ ਉਹ ਵੀ ਸਾਡੀਆਂ ਮਾਵਾਂ ਹੀ ਨੇ ਉਹਨਾਂ ਨੂੰ ਸਭ ਨੂੰ ਕੰਗਰੈਚੁਲੇਟ ਕਰਨਾ ਚਾਹੁੰਦੀ ਹਾਂ ਇੰਟਰਨੈਸ਼ਨਲ ਵੂਮੈਨਸ ਡੇ ਦੇ ਉੱਤੇ. ਥੈਂਕ ਯੂ. ਇਹ ਸੀ ਸਾਡੀ ਅੱਜ ਦੀ ਰਿਪੋਰਟ. ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ. ਫਿਰ ਦੁਬਾਰਾ ਇੱਕ ਨਵੀਂ ਰਿਪੋਰਟ ਦੇ ਨਾਲ ਤੁਹਾਡੇ ਲਈ ਹਾਜ਼ਰ ਹੋਵਾਂਗੇ. ਜਦ ਤੱਕ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ. ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ. ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ. ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ. ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ. ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ. ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ. ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ. ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ. ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ.